ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਸੰਗਤਾਂ ਵੱਲੋਂ ਹੁਕਮ ਹੋਇਆ ਏ, ਜੋ ਪੰਜਾਬ ਦੀ ਛੇੜਨੀ ਬੱਚੀ ਬੀਬੀ ਕੁਲਵਿੰਦਰ ਕੌਰ ਨੇ ਇਤਿਹਾਸ ਰਚਿਆ ਏ, ਉਹ ਕੰਗਣਾਂ ਦੇ ਮੂੰਹ 'ਤੇ ਜਿਸ ਨੇ ਚਪੇੜ ਮਾਰੀ ਹੈ, ਇਹ ਚਪੇੜਾਂ ਦਾ ਇਤਿਹਾਸ ਕੋਈ ਨਵਾਂ ਨਹੀਂ, ਇਹ ਇਤਿਹਾਸ ਬਹੁਤ ਪੁਰਾਣਾ ਹੈ। ਚਪੇੜਾਂ ਦੇ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਭਗਵਾਨ ਚੰਦ ਘਿਰਰ ਗੁਰੂ ਹਰਗੋਬਿੰਦ ਸਾਹਿਬ ਨੂੰ ਗਾਲਾਂ ਕੱਢਣ ਲੱਗਾ। ਬਾਬਾ ਬਿਧੀ ਚੰਦ ਨੇ ਚਪੇੜਾਂ ਮਾਰੀਆਂ, ਪਾੜੋ ਦੁਸ਼ਟ ਟਲਿਆ ਨਾ। ਸਿੱਖਾਂ ਨੇ ਉਹਦੀ ਸੇਵਾ ਕੀਤੀ ਅਤੇ ਘੇੜ ਦੀ ਮੌਤ ਹੋ ਗਈ। ਇਸੇ ਕਰਕੇ ਹਰਗੋਬਿੰਦਪੁਰੇ ਦੀ ਜੰਗ ਹੋਈ। ਛੇਵੇਂ ਗੁਰੂ ਸਾਹਿਬ ਦਾ ਪਾਲਿਆ ਪੋਸਿਆ ਪੈਦੇ ਖਾਂ ਜਦੋਂ ਲੂਣ ਹੜਾਮੀ ਬਣ ਗਿਆ, ਬਾਬਾ ਬਿਧੀ ਚੰਦ ਨੇ ਚਪੇੜਾਂ ਮਾਰ ਮਾਰ ਕੇ ਭਜਾਇਆ। ਸ੍ਰੀ ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ਚਪੇੜਾਂ ਕਰਕੇ ਹੀ ਹੋਈ ਸੀ। ਕੱਲੂ ਕਾਲੇ ਤੋਂ ਬਾਅਦ 8 ਜੂਨ ਦੀ ਗੱਲ ਹੈ, ਬਾਬਾ ਖੜਕ ਸਿੰਘ ਜੀ ਬੀਰ ਸਾਹਿਬ ਵਾਲੇ ਕਾਰ ਸੇਵਾ ਵਾਲਿਆਂ ਦੇ ਕੋਲ ਰਾਸ਼ਟਰਪਤੀ ਜੈਲੂ ਪਹੁੰਚ ਗਿਆ। ਕਹਿਣ ਲੱਗਾ, ਬਾਬਾ ਜੀ ਇੰਜ ਕਰੋ, ਜਿੰਨੇ ਮਰਜ਼ੀ ਪੈਸੇ ਲੈ ਲਓ, ਆ ਢੱਠਾ ਹੋਇਆ ਕਾਲ ਤਖ਼ਤ ਤੁਸੀਂ ਦੁਬਾਰਾ ਬਣਾਉਣਾ ਏ, ਸਰਕਾਰ ਤੁਹਾਨੂੰ ਪੈਸੇ ਦੇਵੇਗੀ। ਉੱਠਿਆ ਬਾਬਾ ਖੜਕ ਸਿੰਘ ਮੂੜੇ ਤੋਂ, ਉਹਨੇ ਇੱਕ ਵੱਟ ਕੇ ਚਪੇੜ ਗਿਆਨੀ ਜੈਲ ਸਿੰਘ ਦੇ ਮੂੰਹ 'ਤੇ ਮਾਰੀ। ਆਖਿਆ, ਕਿਹਨੂੰ ਪੈਸਿਆਂ ਦੀ ਧੌਸ ਦੇਣਾ ਏ। ਇਸੇ ਤਰ੍ਹਾਂ ਸ਼ਹੀਦ ਭਾਈ ਬੇਅੰਤ ਸਿੰਘ ਦੀ ਸਿੰਘਣੀ ਬੀਬੀ ਬਿਉਲ ਕੌਰ ਖਾਲਸਾ ਬਾਰੇ ਸੁਣਿਆ ਏ ਕਿ ਉਹਨੇ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲੇ ਦੇ ਮੂੰਹ 'ਤੇ ਚਪੇੜ ਮਾਰੀ ਸੀ। ਪਿੱਛੇ ਜੇ 2011 ਵਿੱਚ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾੜਾ ਸਿੰਘ ਸਾਹਿਬ ਕੌਮ ਦਾ ਜਥੇਦਾਰ ਪੇਸ਼ੀ ਭੁਗਤਣ ਆਇਆ ਅਤੇ ਇੱਕ ਖਿੱਦੋ ਜਿਹਾ ਫੁੱਟਬਾਲ ਬੜਾ ਬੁੜਕਦਾ ਫਿੜੇ ਨਿਸ਼ਾਦ ਸ਼ਰਮਾ, ਉਹ ਸਿੰਘ ਸਾਹਿਬ ਦੇ ਗਲ ਪੈਣਾ ਚਾਹੁੰਦਾ ਸੀ। ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾੜਾ ਨੇ ਐਸੀ ਚਪੇੜ ਮਾਰੀ, ਉਹਦੇ ਅਜੇ ਤੱਕ ਕੰਨਾਂ ਵਿੱਚੋਂ ਛਾਂ ਛਾਂ ਦੀ ਆਵਾਜ਼ ਆਉਂਦੀ ਹੈ। ਇਹ ਆ ਹੁਣ ਆ ਗਿਆ 6 ਜੂਨ। ਕੁਲਵਿੰਦਰ ਕੌਰ ਜੋ ਕੰਗਣਾ ਕਦੇ ਕਿਸਾਨਾਂ ਨੂੰ ਦੱਸਦੀ ਹੈ ਕਿ ਇਹ ਕਿਸਾਨ ਬੀਬੀਆਂ 100-100 ਰੁਪਈਏ 'ਤੇ ਧਰਨੇ 'ਤੇ ਜਾਂਦੀਆਂ ਏ, ਉਸ ਛੇੜਨੀ ਬੱਚੀ ਨੇ ਦਿੱਲੀ ਇਹ ਚੰਡੀਗੜ੍ਹ ਦੇ ਏਅਰਪੋਰਟ ਦੇ ਉੱਤੇ ਕੰਗਣਾ ਦੇ ਮੂੰਹ 'ਤੇ ਇੱਕ ਪੰਜਾ ਥਾਪਿਆ। ਚਪੇੜ ਪੰਜਾਬਣ ਦੀ ਸੀ, ਉਮੀਦਵਾਰ ਭਾਜਪਾ ਦੀ ਏ ਅਤੇ ਨਿਸ਼ਾਨ ਮੂੰਹ 'ਤੇ ਕਾਂਗਰਸ ਦਾ, ਜੇ ਖੁਸ਼ ਸਾੜੇ ਆਮ ਆਦਮੀ ਹੈ। ਵੇਖੋ ਕਿੰਨਾ ਸਬੱਬ ਬਣਿਆ ਹੋਇਆ ਏ। ਆਪਾਂ ਖਾਲਸਾ ਜੀ ਅੱਗੇ ਇੱਕ ਦਿਵਸ ਥੱਪੜ ਦਿਵਸ ਮਨਾਉਣੇ ਹੁੰਦੇ ਸਾਂ ਭਾਈ ਜਗਤਾਰ ਸਿੰਘ ਹਵਾੜੇ ਦਾ 11 ਨਵੰਬਰ ਨੂੰ, ਹੁਣ ਲੱਗਦਾ 6 ਜੂਨ ਨੂੰ। ਇਹ ਵੀ ਕੁਦਰਤੀ ਖੇਡ ਹੈ, ਆਪਾਂ ਥੱਪੜ ਦਿਵਸ ਮਨਾਇਆ ਕਰਾਂਗੇ। ਸਾਡੀ ਕੌਮ ਅੱਗੇ ਹੀ ਬੜਾ ਕੁਝ ਚੜ੍ਹਦੀ ਕਲਾ ਨਾਲ ਮਨਾਉਂਦੀ ਹੈ, ਗੁੜ ਪੂਰਬ ਵੀ 2-2 ਮਨਾਉਂਦੀ ਹੈ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ, ਅਤੇ ਉਂਝ ਸ਼੍ਰੋਮਣੀ ਕਮੇਟੀ ਦੇ ਹਿਸਾਬ ਨਾਲ ਵੀ ਮਨਾਉਂਦੀ ਹੈ। ਇਸੇ ਤਰ੍ਹਾਂ ਸਿੱਖ ਕੌਮ 2-2 ਥੱਪੜ ਦਿਵਸ ਮਨਾਇਆ ਕਰੇਗੀ। ਉਹ ਛੇੜਦੀ ਬੱਚੀ ਬਾਰੇ ਮੇਰੇ ਮਿੱਤਰਾਂ ਦੀ ਦੁਨੀਆ 'ਚੋਂ ਭਾਈ ਸਤਨਾਮ ਸਿੰਘ ਜੀ ਸੱਤਾ ਕਨੇਡਾ ਦੀ ਧਰਤੀ 'ਤੇ ਬੈਠੀ ਹੈ ਅਤੇ ਕਨੇਡਾ ਦੀ ਗੱਲ ਚੱਲਦੀ, ਸਿੰਘ ਸਾਹਿਬ ਰਣਜੀਤ ਸਿੰਘ ਜੀ ਐਕਸਪੋਰਟ ਗੁਰਦੁਆਰੇ ਦੇ ਪ੍ਰਧਾਨ, ਉਹਨਾਂ ਇਸ ਛੇੜਦੀ ਬੱਚੀ ਨੂੰ 5 ਲੱਖ ਰੁਪਈਆ ਦੇਣ ਦਾ ਇਨਾਮ ਦੇਣ ਦਾ ਫੈਸਲਾ ਕੀਤਾ ਹੈ। ਪਿੰਡ ਪਿੰਡ ਭਾਵੇਂ ਉਸ ਬੱਚੀ ਦੀ ਨੌਕਰੀ ਚਲ ਗਈ ਹੈ, ਅੱਜ ਸਾਰੀ ਕੌਮ ਉਹਦੇ ਹੱਕ ਵਿੱਚ ਖਲੋਤੀ ਹੈ। ਅਤੇ ਵੀਰ ਅੰਮ੍ਰਿਤਪਾਲ ਸਿੰਘ ਮਹਿਰੋ, ਉਹਨੇ ਆਖਿਆ ਬਰਨਾਲਾ ਦੀ ਸੀਟ ਹੋ ਗਈ ਹੈ ਖਾਲੀ, ਅਤੇ ਇੱਥੋਂ ਬੀਬੀ ਨੂੰ ਕੁਲਵਿੰਦਰ ਕੌਰ ਨੂੰ ਜਿਤਾ ਕੇ ਆਪਾਂ ਪੰਜਾਬ ਦੇ ਉਸ ਸਭਾ ਦੇ ਅੰਦਰ ਭੇਜਣਾ ਏ, ਜਿਵੇਂ ਤੁਸੀਂ ਪਿੱਛੇ ਖਾਲਸੇ ਨੂੰ ਜਿਤਾਇਆ ਏ। ਇਹਦੇ ਇੱਕ ਇੱਕ ਕਦਮ ਦਾ ਮੁੱਲ ਬੀਬੀ ਕੁਲਵਿੰਦਰ ਕੌਰ ਦਾ ਪਾਉਣਾ ਏ, ਅਤੇ ਸਾਨੂੰ ਮਾਣ ਹੈ ਉਸ ਪੰਜਾਬ ਦੀ ਛੇੜਨੀ ਬੱਚੀ 'ਤੇ,
ਵੀਰ ਸਤਨਾਮ ਸਿੰਘ ਸੱਤੇ ਦੀ ਲਿਖੀ ਕਵਿਤਾ, ਨਿਸ਼ਾਨ ਸਿੰਘ ਚਬਾੜ, ਵੀਰ ਮਲਕੀਤ ਸਿੰਘ ਲਹਿਰੀ ਤੇ ਭਾਈ ਸਤਨਾਮ ਸਿੰਘ ਦੀ ਸੱਤਾ ਕਵਿਸ਼ਰੀ ਦੇ ਸਿਕੰਦਰ ਹਿਰ ਇੰਜ ਬਿਆਨ ਕਰਦੇ ਆ। ਜਿਹੜੇ ਖੂਨ ਵਿੱਚ ਗਰਮ ਤਸੀਰਾਂ ਨੇ, ਉਹ ਜਾਗਦੀਆਂ ਅਸਲ ਜ਼ਮੀਰਾਂ ਨੇ, ਬਹੁਤ ਪੌਂਕਦੀਆਂ ਕੁਝ ਇੱਥੇ ਲੀਰਾਂ ਨੇ, ਤੋੜ ਦਿੱਤਾ ਤੂੰ ਤਾਂ ਕੰਗਣਾ ਦਾ ਤਾਣ ਬੱਚੀਏ, ਲੈਣਾ ਤੇਰੇ ਤੇ ਪੰਜਾਬ ਨੂੰ ਹੈ ਮਾਣ ਬੱਚੀਏ, ਜਿਹੜੇ ਮਾਰ ਕੇ ਲਫੇੜਾ ਬੂਥਾ ਪੰਨਿਆ, ਪੰਜਾਬ ਦੀ ਜੁਝਾਰੂ ਸੱਚੀ ਕੰਨਿਆ, ਅਸਾਂ ਪਾਗੋ ਦੀ ਵਾਰਸ ਉਹਨੂੰ ਮੰਨਿਆ, ਉਹਦੇ ਹੌਸਲੇ ਨੇ ਸਾਰਿਆਂ ਨੂੰ ਪਿੱਛੇ ਛੱਡਿਆ, ਜਿੰਨੇ ਕੰਗਣਾ ਦੇ ਕੰਨ ਵਿੱਚੋਂ ਸੇਕ ਕੱਢਿਆ, ਅੱਤਵਾਦੀ ਵੱਖਵਾਦੀ ਸੀ ਜੋ ਦੱਸਦੀ, ਸਾਨੂੰ ਕਰ ਕਰ ਚੇਟਾ ਸੀ ਜੋ ਹੱਸਦੀ, ਅੱਜ ਆ ਗਈ ਅੜਿੱਕੇ ਪ੍ਰੇ ਨੱਸਦੀ, ਖੱਬੀ ਗੱਲ ਉੱਤੇ ਪਾਤਾ ਇਹ ਨਿਸ਼ਾਨ ਬੱਚੀਏ, ਤੇਰੇ ਤੇ ਪੰਜਾਬ ਨੂੰ ਹੈ ਮਾਣ ਬੱਚੀਏ, ਭਾਵੇਂ ਨੌਕਰੀ ਤੋਂ ਹੋ ਗਈ ਸਸਪੈਂਡ ਨੀ, ਤੇਰਾ ਵੱਜ ਗਿਆ ਮਾਣ ਪਿੰਡ ਪਿੰਡ ਨੀ, ਲੜੀ ਕੰਗਣਾ ਦੇ ਪਰਿੰਡਨੀ, ਉਹਦੇ ਨਾਮ ਵਾਲਾ ਚੰਡਾ ਗਿਆ ਉੱਚਾ ਗੱਡਿਆ, ਜਿੰਨੇ ਕੰਗਣਾ ਦੇ ਕੰਨ ਵਿੱਚੋਂ ਸੇਕ ਕੱਢਿਆ, ਵੱਡੀ ਨਾਗਣੇ ਤੂੰ ਜੈਰਾ ਰਹੀ ਕੋਲ ਦੀ, ਬਾਰੇ ਤੂੰ ਕਬੂਲ ਰਹੀ ਤੋਲਦੀ, ਵੱਜੀ ਗੱਲ ਤੇ ਚਪੇੜ ਫਰੇ ਡੋਲਦੀ, ਇੰਜ ਲੱਗੇ ਜਿਵੇਂ ਕੱਟ ਤੇ ਪ੍ਰਾਣ ਬੱਚੀਏ, ਪੰਜਾਬ ਨੂੰ ਹੈ ਮਾਣ ਬੱਚੀਏ, ਉਹ ਤੇਰੀ ਗੱਲ ਤੇ ਜੋ ਇਕੱਠਾ ਹੋਇਆ ਕੂਣ ਨੀ, ਲੈ ਗਿਆ ਡਾਕ ਜੋ ਸਕੂਣ ਨੀ, ਤੇਰਾ ਲੈ ਗਿਆ ਤੇਰਾ ਲੈ ਗਿਆ ਤੇਰਾ ਲੈ ਗਿਆ ਡਾਕ ਜੋ ਸਕੂਣ ਨੀ, ਤੈਨੂੰ ਭੁੱਲਣੀ ਕਦੇ ਨਸ਼ੇ ਜੂਨ ਨੀ, ਉਹਦੀ ਵੇਖ ਕੇ ਦਲੇਰੀ ਮੂੰਹ ਗਿਆ ਅੱਡਿਆ, ਜਿੰਨੇ ਕੰਗਣਾ ਦੇ ਅੱਤਵਾਦੀ ਵੱਖਵਾਦੀ ਸੀ ਜੋ ਦੱਸਦੀ, ਕਰ ਕਰ ਚੇਟਾ ਸੀ ਜੋ ਹੱਸਦੀ, ਅੱਜ ਆ ਗਈ ਅੜਿੱਕੇ ਫਰੇ ਨੱਸਦੀ, ਤੂੰ ਖੱਬੀ ਗੱਲ ਉੱਤੇ ਪਾ ਤਾਂ ਨਿਸ਼ਾਨ ਬੱਚੀਏ, ਤੇਰੇ ਤੇ ਰਹਿਣਾ ਤੇਰੇ ਤੇ ਰਹਿਣਾ ਤੇਰੇ ਤੇ ਪੰਜਾਬ ਨੂੰ ਹੈ ਮਾਣ ਬੱਚੀਏ, ਰਹਿਣਾ ਤੇਰੇ ਤੇ ਪੰਜਾਬ ਨੂੰ ਹੈ ਮਾਣ ਬੱਚੀਏ।